ਤਦ ਨਗਰ ਨਿਗਮ ਦੇ ਇੰਸਪੈਕਟਰ ਦਿਨੇਸ਼ ਜੋਸ਼ੀ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਵਿਵਾਦਾਂ ਨਾਲ ਘਿਰੇ ਜਲੰਧਰ ਦੇ ਸਾਬਕਾ ਮੇਅਰ ਸੁਰੇਸ਼ ਸਹਿਗਲ ਦੀ ਜ਼ਮਾਨਤ ਅਰਜ਼ੀ ਨੂੰ CJM ਕੋਰਟ ਨੇ ਰੱਦ ਕਰ ਦਿੱਤਾ। ਮਾਣਯੋਗ ਜੱਜ ਆਸ਼ੀਸ਼ ਅਬਰੋਲ ਨੇ ਜ਼ਮਾਨਤ ਪਟੀਸ਼ਨ ਰੱਦ ਕਰਦੇ ਹੋਏ ਉਹਨਾਂ ਨੂੰ 30 ਜਨਵਰੀ ਤੱਕ ਜੇਲ੍ਹ ਭੇਜ ਦਿੱਤਾ। ਜਾਣਕਾਰੀ ਮੁਤਾਬਕ ਦਿਨੇਸ਼ ਜੋਸ਼ੀ ਨਾਲ ਕੀਤੀ ਗਈ ਕੁੱਟਮਾਰ ਦੇ ਮਾਮਲੇ ਵਿੱਚ ਸੁਰੇਸ਼ ਸਹਿਗਲ ਨੇ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ। ਇਸ ਮੌਕੇ ਦਿਨੇਸ਼ ਜੋਸ਼ੀ ਨੇ ਆਖਿਆ ਕਿ ਅੱਜ ਸੱਚਾਈ ਦੀ ਜਿੱਤ ਹੋਈ ਹੈ ਤੇ ਉਹਨਾਂ ਆਖਿਆ ਕਿ ਇਹ ਫੈਸਲਾ ਇੱਕ ਸਬਕ ਹੈ ਜਿਸ ਨਾਲ ਕਿਸੇ ਵੀ ਸਰਕਾਰੀ ਮੁਲਾਜ਼ਮ ਤੇ ਹੱਥ ਉਠਾਉਣ ਦਾ ਸਬਕ ਮਿਲੇਗਾ। ਤਾਂ ਉੱਥੇ ਹੀ ਵਕੀਲ ਬ੍ਰਿਜੇਸ਼ ਬਖਸ਼ੀ ਦਾ ਕਹਿਣਾ ਹੈ ਕਿ ਮਾਣਯੋਗ ਜੱਜ ਵੱਲੋਂ ਸੁਰੇਸ਼ ਸਹਿਗਲ ਦੀ ਜ਼ਮਾਨਤ ਅਰਜ਼ੀ ਨੂੰ ਰੱਦ ਕਰਦਿਆਂ 30 ਜਨਵਰੀ ਤੱਕ ਜੇਲ੍ਹ ਭੇਜ ਦਿੱਤਾ ਗਿਆ। ਮੈਨੂੰ ਠੀਕ ਲੱਗਿਆ ਕਿ ਕਾਨੂੰਨ ਦੀ ਜਿੱਤ ਔਰ ਉਮੀਦ ਹੈਗੀ ਹੈ ਇਸੇ ਤਰ੍ਹਾਂ ਹੀ ਜੋ ਹੈ ਕੇਸ ਬੇਬੁਨਿਆਦ ਅਤੇ ਜੋ ਹੈ ਅੱਜ ਸਾਡੇ ਸਾਹਮਣੇ ਹੀ ਜਿਸ ਤਰ੍ਹਾਂ ਵੀ ਹੈ ਜੋ ਵੀ ਕੋਰਟ ਲੋਕਲ ਕੋਰਟ ਹਾਈ ਕੋਰਟ ਉਸ ਤੋਂ ਬਾਅਦ ਫਿਰ ਸੁਪਰੀਮ ਕੋਰਟ ਅਤੇ ਉਹ ਸਾਰੇ ਫੈਕਟਸ ਤੁਹਾਡੇ ਅੱਗੇ ਹੀ ਹੈਗੇ ਹਨ ਔਰ ਅਸੀਂ ਉਹ ਬਿਲਕੁਲ ਦੇਖ ਰਹੇ ਹਾਂ ਜੋ ਵੀ ਔਰ ਫਾਈਟ ਅਸੀਂ ਕਰ ਰਹੇ ਹਾਂ ਅਤੇ ਉਮੀਦ ਹੈ ਕਿ ਸਾਨੂੰ ਤਾਂ ਇਸ ਤੋਂ ਬਾਅਦ ਕੋਈ ਅਫਸਰਾਂ 'ਤੇ ਇੰਨੀ ਜਲਦੀ ਇੱਦਾਂ ਨਹੀਂ ਕੁਛ ਹੋਏਗਾ ਇਹ ਫੈਸਲੇ ਤੋਂ ਬਾਅਦ। ਉਹੀ ਮੈਸੇਜ ਬੇਸਿਕਲੀ ਇਹੀ ਹੈ ਜੀ ਕਿ ਗਵਰਨਮੈਂਟ ਇੰਪਲੋਈ ਜਿਹੜੇ ਆ ਸਾਰੇ ਮੁਲਾਜ਼ਮ ਹੈ ਉਹਨਾਂ ਦੀ ਜਿਹੜੀ ਹੈਗੀ ਉਹਨਾਂ ਦੇ ਹੱਥ ਵਿੱਚ ਔਰ ਉਮੀਦ ਹੈ ਕਿ ਜਿਹੜਾ ਸਿਸਟਮ ਹੈ ਉਹ ਸਿਸਟਮ ਦੇ ਮੁਤਾਬਕ ਚੱਲੇ। ਅਗਰ ਕੋਈ ਕਿਸੇ ਨੂੰ ਸ਼ਿਕਾਇਤ ਵੀ ਹੁੰਦੀ ਹੈ ਉਹਦਾ ਇੱਕ ਤਰੀਕਾ ਹੈ, ਇੱਕ ਕਾਨੂੰਨੀ ਜੋ ਤਰੀਕਾ ਉਹ ਹੋਣਾ ਚਾਹੀਦਾ। ਹਿੰਸਕ ਤਰੀਕਾ ਤਾਂ ਜੋ ਉਹ ਬਿਲਕੁਲ ਗਲਤ ਹੀ ਹੈ, ਇਹ ਉਸਦੇ ਖਿਲਾਫ ਜੋ ਹੈ ਸਾਡਾ ਨਾਰਾ ਜੋ ਮੁਲਾਜ਼ਮਾਂ ਦਾ ਨਾਰਾ। ਠੀਕ, ਥੈਂਕ ਯੂ। ਐਪਲੀਕੇਸ਼ਨ ਉਹਨਾਂ ਵੱਲੋਂ ਅਦਾਲਤ 'ਚ ਲਗਾਈ ਗਈ ਸੀ, ਉਸ ਬੇਲ ਐਪਲੀਕੇਸ਼ਨ ਦੇ ਉੱਪਰ ਮਾਨਯੋਗ ਕੋਰਟ ਵੱਲੋਂ ਫੈਸਲਾ ਦੇ ਦਿੱਤਾ ਗਿਆ। ਉਸ ਦੇ ਮੁਤਾਬਕ ਉਹਨਾਂ ਨੇ ਜੁਡੀਸ਼ੀਅਲ ਕਸਟਡੀ 'ਚ ਭੇਜਿਆ 30 ਤਰੀਕ ਤੱਕ ਅਤੇ ਬੇਲ ਐਪਲੀਕੇਸ਼ਨ ਰਿਜੈਕਟ ਕਰਤੀ ਗਈ। ਕੋਰਟ ਨੂੰ ਮੈਂ ਚੈਲੇਂਜ ਨਹੀਂ ਕਰਦਾ, ਕੋਰਟ ਨੇ ਜੋ ਵੀ ਕਰਤਾ ਬਹੁਤ ਅੱਛਾ ਕਰਤਾ ਹੈਗਾ, ਕੋਈ ਐਸੀ ਗੱਲ ਨਹੀਂ। ਕੋਰਟ ਦੇ ਅੱਗੇ ਨਹੀਂ ਮੈਂ ਬੋਲ ਸਕਦਾ, ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਅਦਾਲਤ ਜੋ ਫੈਸਲਾ ਕਰੂਗੀ ਮੇਰੇ ਵਾਸਤੇ ਸਰਮਾਨ, ਥੋੜ੍ਹਾ ਸਾਈਡ ਬਾਕੀ ਮੇਰੇ ਜਿਹੜੇ ਐਡਵੋਕੇਟ ਹੈ ਇਹਦੇ ਬਾਰੇ ਵਿਚਾਰ ਕਰੂਗੇ, ਹੋਰ ਵੀ ਇਹਨਾਂ ਦੇ ਉੱਪਰ ਅਥਾਰਟੀ ਬੈਠੀ ਹੈ। ਕੋਈ ਮਲਾਲ ਨਹੀਂ, ਮੈਂ ਤਾਂ ਰੱਖਿਆ ਕੀਤੀ ਸੀਗੀ, ਕੋਈ ਗੱਲ ਨਹੀਂ। ਉਹ ਫਿਰ ਕੀ ਹੋ ਗਿਆ, ਇੱਕ ਔਰਤ ਦੀ ਰੱਖਿਆ ਕੀਤੀ ਸੀ, ਭ੍ਰਿਸ਼ਟਾਚਾਰ ਦੇ ਖਿਲਾਫ ਆਵਾਜ਼ ਦਿੱਤੀ ਸੀਗੀ, ਠੀਕ ਹੈ। ਅੱਜ ਜੱਜ ਸਾਹਿਬ ਨੇ ਜੋ ਵੀ ਕੀਤਾ ਠੀਕ ਹੈ, ਕੁਛ ਵੀ ਨਹੀਂ ਹਾਲੇ ਤੱਕ ਬਣਿਆ, ਕੋਈ ਐਸੀ ਗੱਲ ਨਹੀਂ। ਉਹ ਮੈਂ ਭ੍ਰਿਸ਼ਟਾਚਾਰ ਦੇ ਖਿਲਾਫ ਰਿਹਾ ਔਰ ਰਹੂੰਗਾ ਵੀ, ਇੱਦਾਂ ਦੇ ਭ੍ਰਿਸ਼ਟਾਚਾਰੀਆਂ ਨੂੰ ਸਜ਼ਾ ਜ਼ਰੂਰ ਦਵਾਉਂਗਾ ਜਿਹਨੇ ਔਰਤ ਦੇ ਨਾਲ ਮਿਸਬਿਹੇਵ ਕਰਕੇ ਮੈਨੂੰ ਅੱਜ ਸਟੇਜ ਆਈ ਹੈ।